ਇਹ ਤਸਵੀਰਾਂ ਗੁਜਰਾਤ ਦੇ ਸੂਰਤ ਵਿੱਚ ਇੱਕ ਵੱਖਰੇ ਸਾੜੀ ਵਾਕੇਥੋਨ ਦੀਆਂ ਨੇ। ਇਸ ਵੱਖਰੇ ਤਰ੍ਹਾਂ ਦੇ ਇਵੈਂਟ ਵਿੱਚ 15,000 ਔਰਤਾਂ ਨੇ ਸ਼ਿਰਕਤ ਕੀਤੀ। ਸਾੜੀ ਪਹਿਨ ਕੇ ਸੜਕ ਉੱਤੇ ਉਤਰੀਆਂ ਇਹਨਾਂ ਔਰਤਾਂ ਨੇ ਅਜਿਹਾ ਇੱਕ ਸੁਨੇਹਾ ਦੇਣ ਲਈ ਕੀਤਾ। ਬਹੁਤੀ ਮਸਰੂਫੀਅਤ ਹੋਣ ਕਰਕੇ ਮੇਰੇ ਵਰਗੀਆਂ ਡਾਕਟਰਾਂ ਨੂੰ ਸਾੜੀ ਪਹਿਨਣ ਦਾ ਸਮਾਂ ਨਹੀਂ ਮਿਲਦਾ, ਪਰ ਸਾਨੂੰ ਪਤਾ ਹੈ ਕਿ ਸਾੜੀ ਪਹਿਨਣੀ ਕਿਵੇਂ ਹੈ ਅਤੇ ਅੱਜ ਸਾਡਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਇਸ ਵਾਕੇਥੋਨ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਵੱਖ ਵੱਖ ਰੰਗਾਂ ਅਤੇ ਡਿਜ਼ਾਈਨ ਵਾਲੀਆਂ ਸਾੜੀਆਂ ਪਹਿਨੀਆਂ। ਸਾੜੀ ਵਾਕੇਥੋਨ ਦੇ ਡਰੋਨ ਕੈਮਰੇ ਰਾਹੀਂ ਆਏ ਵਿਜ਼ੂਅਲ ਬਹੁਤ ਹੀ ਸ਼ਾਨਦਾਰ ਨੇ। ਇਹ ਸਾੜੀ ਵਾਕੇਥੋਨ ਪੁਲਿਸ ਪਰੇਡ ਗਰਾਊਂਡ ਤੋਂ ਸ਼ੁਰੂ ਹੋ ਕੇ ਪਾਰਲੇ ਪੁਆਇੰਟ ਤੱਕ ਗਿਆ। 3 ਕਿਲੋਮੀਟਰ ਦੇ ਇਸ ਵਾਕੇਥੋਨ ਦੀ ਸ਼ੁਰੂਆਤ ਯੋਗਾ ਅਤੇ ਰਵਾਇਤੀ ਨਾਚ ਗੁਜਰਾਤੀ ਗਰਬਾ ਦੇ ਨਾਲ ਹੋਈ। ਇਸ ਵਾਕੇਥੋਨ ਵਿੱਚ 80 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੇ ਵੀ ਹਿੱਸਾ ਲਿਆ। ਇਹ ਬਹੁਤ ਹੀ ਚੰਗਾ ਤਜਰਬਾ ਹੈ। ਇਸ ਇਵੈਂਟ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਤੇ ਸਾਨੂੰ ਬਹੁਤ ਚੰਗਾ ਲੱਗਿਆ। ਤੜਕੇ ਹੀ 10,000 ਤੋਂ ਵੱਧ ਔਰਤਾਂ ਨੇ ਪੂਰੀ ਊਰਜਾ ਦੇ ਨਾਲ ਵਾਕੇਥੋਨ ਵਿੱਚ ਸ਼ਿਰਕਤ ਕੀਤੀ। ਮੈਂ ਇਸ ਵਾਕੇਥੋਨ ਦੇ ਹਰ ਪਲ ਨੂੰ ਮਾਣ ਰਹੀ ਹਾਂ। ਮੇਰੇ ਪੁੱਤਰਾਂ ਨੇ ਮੈਨੂੰ ਇਸ ਇਵੈਂਟ ਵਿੱਚ ਸ਼ਿਰਕਤ ਕਰਨ ਲਈ ਹੌਸਲਾ ਦਿੱਤਾ। ਮੈਂ ਪੂਰੇ ਰਾਹ ਬਿਨਾਂ ਕਿਸੇ ਰੁਕਾਵਟ ਜਾਂ ਔਖਿਆਈ ਦੇ ਪੈਦਲ ਤੁਰੀ। ਇਸ ਸਾੜੀ ਵਾਕੇਥੋਨ ਦਾ ਪ੍ਰਬੰਧ ਸੂਰਤ ਨਗਰ ਨਿਗਮ ਅਤੇ ਸਮਾਰਟ ਸਿਟੀ ਡਿਵੈਲਪਮੈਂਟ ਲਿਮਿਟਿਡ ਵੱਲੋਂ ਕੀਤਾ ਗਿਆ ਸੀ। ਆਖਿਰ ਇਸ ਇਵੈਂਟ ਦੇ ਪ੍ਰਬੰਧ ਪਿੱਛੇ ਕੀ ਮਕਸਦ ਰਿਹਾ, ਆਓ ਜਾਣਦੇ ਹਾਂ। ਮਾਨਯ ਵੜਾ ਪ੍ਰਧਾਨ ਸ਼੍ਰੀ ਮੋਦੀ ਫਿਟ ਇੰਡੀਆ ਨੂੰ ਪ੍ਰਮੋਟ ਕਰਦੇ ਹਨ ਅਤੇ ਤੁਰਨਾ ਕਸਰਤ ਦੀ ਸਭ ਤੋਂ ਸਧਾਰਨ ਵਿਧੀ ਹੈ। ਹਜ਼ਾਰਾਂ ਔਰਤਾਂ ਨੇ ਸੂਰਤ ਦੇ ਸਾੜੀ ਵਾਕੇਥੋਨ ਵਿੱਚ ਹਿੱਸਾ ਲਿਆ। ਅਜਿਹੀਆਂ ਔਰਤਾਂ ਵੀ ਨੇ ਜੋ ਫਿੱਟ ਰਹਿਣਾ ਚਾਹੁੰਦੀਆਂ ਨੇ ਪਰ ਸਾੜੀ ਪਹਿਨੀ ਹੋਣ ਕਰਕੇ ਬਾਹਰ ਸੈਰ ਲਈ ਨਹੀਂ ਜਾਂਦੀਆਂ। ਇਹ ਇਵੈਂਟ ਉਸ ਤੋਂ ਅੱਗੇ ਦਾ ਕਦਮ ਹੈ ਜਿੱਥੇ ਹਰ ਘਰ ਦੀ ਔਰਤ ਸਾੜੀ ਪਹਿਨ ਕੇ ਅਤੇ ਸਪੋਰਟ ਸ਼ੂਜ਼ ਦੇ ਨਾਲ ਇਸ ਵਿੱਚ ਆਈ ਹੈ। ਸੂਰਤ ਨੂੰ ਟੈਕਸਟਾਈਲ ਅਤੇ ਡਾਇਮੰਡ ਹੱਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਨੂੰ ਮਿੰਨੀ ਇੰਡੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਵੱਖ ਵੱਖ ਸੂਬਿਆਂ ਤੋਂ ਲੋਕ ਆ ਕੇ ਵਸੇ ਹੋਏ ਨੇ। ਇਸ ਵਾਕੇਥੋਨ ਵਿੱਚ ਹੋਰ ਸੂਬਿਆਂ ਦੀਆਂ ਔਰਤਾਂ ਨੇ ਆਪਣੀ ਰਵਾਇਤੀ ਪੋਸ਼ਾਕ ਪਹਿਨ ਕੇ ਹਿੱਸਾ ਲਿਆ, ਜਿਸ ਨਾਲ ਇਸ ਇਵੈਂਟ ਨੂੰ ਹੋਰ ਰੰਗ ਮਿਲਿਆ। ਵਾਕੇਥੋਨ ਵਿੱਚ ਅਜਿਹੀਆਂ ਔਰਤਾਂ ਵੀ ਸਨ ਜੋ ਬਾਹਰਲੇ ਮੁਲਕਾਂ ਤੋਂ ਆਈਆਂ ਸਨ। ਵੱਖ ਵੱਖ ਖੇਤਰਾਂ ਦੀਆਂ ਨਾਮਚੀਨ ਔਰਤਾਂ ਨੇ ਵੀ ਇਸ ਵਾਕੇਥੋਨ ਦੇ ਵਿੱਚ ਹਿੱਸਾ ਲਿਆ।